ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ, ਤੁਹਾਡਾ ਸਾਰਿਆਂ ਦਾ ਜੋਤਿਸ਼ ਦੇ ਸਭ ਤੋਂ ਖਾਸ ਅਤੇ ਪਾਪੂਲਰ ਸ਼ੋਅ ਤੁਹਾਡੇ ਸਿਤਾਰੇ PTC ਦੇ ਉੱਤੇ ਤਹਿ ਦਿਲੋਂ ਸਵਾਗਤ ਕਰਦੀ ਹਾਂ। ਆਪਣੇ ਮੈਂਟੋਰ, ਆਪਣੇ ਗਾਈਡ, ਆਪਣੇ ਫਾਦਰ ਐਸਟ੍ਰੋਲੋਜਰ ਡਾਕਟਰ ਪ੍ਰੇਮ ਕੁਮਾਰ ਸ਼ਰਮਾ ਜੀ ਦੀ ਗਾਈਡੈਂਸ ਨਾਲ ਮੈਂ ਡਿਸਕਸ ਕਰੂੰਗੀ ਦਿਨ ਦਾ ਪੰਚਾਂਗ ਅਤੇ ਰਾਸ਼ੀਫਲ। ਸਭ ਤੋਂ ਪਹਿਲਾਂ ਅੱਜ ਦਾ ਪੰਚਾਂਗ। ਅੱਜ 10 ਜੂਨ 2024 ਅਤੇ ਦਿਨ ਹੈ ਮੰਡੇ, ਯਾਨੀ ਸੋਮਵਾਰ। ਸ਼ੁਕੀ ਪੱਖ ਚਤੁਰਥੀ ਤਿਥੀ ਰਹੇਗੀ ਸ਼ਾਮ ਦੇ 4:20। ਅੱਜ ਗੰਡਮੂਲ ਜਿਹੜੇ ਨੇ ਉਹ ਰਾਤ ਦੇ 9:43 ਤੋਂ ਸ਼ੁਰੂ ਹੋਣਗੇ, ਪੰਚਕ ਨਹੀਂ ਹੈ ਅੱਜ। ਗੱਲ ਕਰੀਏ ਰਾਹੂ ਕਾਲ ਦੀ, ਅਤੇ ਸਵੇਰ ਦੇ 7:06 ਤੋਂ ਲੈ ਕੇ ਸਵੇਰ ਦੇ 8:50 ਤੱਕ ਦਾ ਸਮਾਂ ਜਿਹੜਾ ਹੈ ਉਹ ਰਾਹੂ ਕਾਲ ਦਾ ਹੈ। ਇੱਕ ਹੋਰ ਇਨਆਸਪੀਸ਼ੀਅਸ ਟਾਈਮ ਜਿਹਨੂੰ ਕਿ ਯਮਗੰਧਮ ਕਾਲ ਕਹਿੰਦੇ ਨੇ, ਜਿਹਦੇ ਵਿੱਚ ਵੀ ਕੋਈ ਜ਼ਰੂਰੀ ਕੰਮ ਕਰਨਾ ਹੋਵੇ, ਕੋਈ ਇੰਪੋਰਟੈਂਟ ਡਿਸੀਜਨ ਲੈਣਾ ਹੋਵੇ, ਜੇ ਅਵੋਇਡ ਕਰ ਦਿੱਤਾ ਜਾਵੇ ਤਾਂ ਬਿਹਤਰ ਹੁੰਦਾ। ਆ ਸਮਾਂ ਰਹੇਗਾ ਸਵੇਰ ਦੇ 10:35 ਤੋਂ ਲੈ ਕੇ ਦੁਪਹਿਰ ਦੇ 12:19 ਤੱਕ। ਹੁਣ ਜੇ ਜ਼ਰੂਰੀ ਕੰਮ ਕਰਨਾ ਹੈ ਤਾਂ ਦਿਨ ਦਾ ਸ਼ੁਭ ਸਮਾਂ ਵੀ ਪਤਾ ਹੋਣਾ ਚਾਹੀਦਾ, ਉਹੀ ਦੱਸ ਰਹੀ ਹਾਂ, ਜ਼ਰੂਰ ਨੋਟ ਕਰਨਾ। ਦਿਨ ਦਾ ਸਭ ਤੋਂ ਸ਼ੁਭ ਸਮਾਂ ਜਿਹੜਾ ਹੈ ਉਹ ਰਹੇਗਾ ਦੁਪਹਿਰ ਦੇ 3:48 ਤੋਂ ਲੈ ਕੇ ਸ਼ਾਮ ਦੇ 7:17 ਤੱਕ। ਹੁਣ ਗੱਲ ਕਰਾਂਗੇ ਰਾਸ਼ੀਫਲ ਦੀ। ਏਰੀਜ਼ ਯਾਨੀ ਮੇਸ਼ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਜਿਹਨਾਂ ਦੀ ਸਿਹਤ ਠੀਕ ਨਹੀਂ ਚੱਲ ਰਹੀ ਸੀ, ਹੁਣ ਰਿਕਵਰੀ ਤੁਹਾਡੀ ਫਾਸਟ ਹੋਏਗੀ, ਸਿਹਤ ਪਹਿਲਾਂ ਨਾਲੋਂ ਇੰਪਰੂਵ ਹੋਏਗੀ। ਪ੍ਰੈਸ਼ਰਸ ਜਿਹੜੇ ਨੇ ਉਹ ਪਲੇਸਮੈਂਟ ਦੀ ਐਕਸਪੈਕਟੇਸ਼ਨਸ ਅੱਜ ਰੱਖ ਸਕਦੇ ਨੇ। ਜ਼ਰੂਰਤ ਹੈ ਤਾਂ ਸਿਰਫ ਥੋੜ੍ਹਾ ਜਿਹਾ ਐਕਟਿਵਲੀ ਅਪਲਾਈ ਕਰਨ ਦੀ, ਦਿਨ ਤੁਹਾਡੇ ਵਾਸਤੇ ਓਵਰਆਲ ਲੱਕੀ ਰਹੇਗਾ। ਰੀਅਲ ਇਸਟੇਟ ਸੈਕਟਰ 'ਚ ਇਨਵੈਸਟਮੈਂਟ ਤੁਹਾਡੇ ਵਾਸਤੇ ਕਾਫੀ ਫਾਇਦੇਮੰਦ ਵਾਲਾ ਪ੍ਰੋਜੈਕਟ ਰਹੇਗਾ। ਮੈਰਿਡ ਲਾਈਫ ਵਿੱਚ ਕੋਸ਼ਿਸ਼ ਕਰਨੀ ਹੈ ਕਿ ਕਿਸੇ ਹੋਰ ਦੀ ਇੰਟਰਫੇਰੈਂਸ ਅੱਜ ਨਹੀਂ ਹੋਣ ਦੇਣੀ, ਨਹੀਂ ਤਾਂ ਕਿਤੇ ਨਾ ਕਿਤੇ ਮੈਂਟਲ ਪੀਸ ਅਫੈਕਟ ਹੋ ਸਕਦੀ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 4, ਲੱਕੀ ਕਲਰ ਰਹੇਗਾ ਮਜੈਂਟਾ, ਅਤੇ ਤੁਸੀਂ ਉਪਾਅ ਕੀ ਕਰਨਾ, ਕਿਸੇ ਨਵਵਿਵਾਹਿਤ ਲੇਡੀ ਨੂੰ ਸ਼ਿੰਗਾਰ ਦਾ ਸਮਾਨ ਦੇਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਚੌਰਸ ਯਾਨੀ ਵਿਸ਼ਵ ਰਾਸ਼ੀ ਵਾਲਿਆਂ ਵਾਸਤੇ ਵੀ ਸਿਹਤ ਅੱਜ ਵਧੀਆ ਨਜ਼ਰ ਆ ਰਹੀ ਹੈ, ਅਚਾਨਕ ਸਿਹਤ 'ਚ ਸੁਧਾਰ ਦੇਖਣ ਨੂੰ ਮਿਲੇਗਾ। ਸਿਹਤ ਆਪਣੀ ਹੋਵੇ ਜਾਂ ਘਰ ਪਰਿਵਾਰ 'ਚ ਕਿਸੇ ਦੀ ਹੋਵੇ, ਜਿਹਦੀ ਵੀ ਸਿਹਤ ਨੂੰ ਲੈ ਕੇ ਟੈਨਸ਼ਨ ਚੱਲ ਰਹੀ ਹੈ, ਅਤੇ ਅੱਜ ਜਿਹੜੇ ਸਿਤਾਰੇ ਆ ਤੁਹਾਨੂੰ ਫੇਵਰ ਕਰਨਗੇ। ਅੱਜ ਜਿਹੜਾ ਹੈ ਉਹ ਥੋੜ੍ਹਾ ਜਿਹਾ ਆਪਣੀ ਮਾਰਕੀਟਿੰਗ ਸਕਿੱਲਸ ਨੂੰ ਬ੍ਰਸ਼ਅਪ ਕਰਨ ਦੀ ਜ਼ਰੂਰਤ ਹੈ। ਸੈਲਫ ਪ੍ਰਮੋਸ਼ਨ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ, ਆਪਣੇ ਜਿਹੜੇ ਸਕਿੱਲ ਸੈੱਟ ਨੇ ਉਹਨਾਂ ਨੂੰ ਜ਼ਰੂਰ ਪ੍ਰਮੋਟ ਕਰਨਾ, ਥੋੜ੍ਹਾ ਜਿਹਾ ਸਿੱਖਣਾ ਪੈਣਾ ਤਾਂ ਕਿ ਵਰਕ ਪਲੇਸ ਦੇ ਉੱਤੇ ਥੋੜ੍ਹੀ ਜਿਹੀ ਅਟੈਨਸ਼ਨ ਤੁਹਾਨੂੰ ਵੀ ਮਿਲ ਸਕੇ। ਕਿਸੇ ਕਈ ਲੋਕਾਂ ਵਾਸਤੇ ਅਫੀਸ਼ੀਅਲ ਟ੍ਰਿਪ 'ਤੇ ਜਾਣ ਦੇ ਚਾਂਸਿਸ ਵੀ ਬਣਦੇ ਹੋਏ ਨਜ਼ਰ ਆ ਰਹੇ ਨੇ। ਆਪਣੀ ਮੈਰਿਟਲ ਲਾਈਫ ਨੂੰ ਖੂਬਸੂਰਤ ਬਣਾ ਕੇ ਰੱਖਣ ਵਾਸਤੇ ਜ਼ਰੂਰਤ ਹੈ ਇੱਕ ਦੂਜੇ ਨੂੰ ਥੋੜ੍ਹਾ ਜਿਹਾ ਸਮਾਂ ਦੇਣ ਦੀ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 11, ਲੱਕੀ ਕਲਰ ਰਹੇਗਾ ਕ੍ਰੀਮ, ਅਤੇ ਤੁਸੀਂ ਉਪਾਅ ਕੀ ਕਰਨਾ, ਕਿਸੇ ਵੀ ਜ਼ਰੂਰੀ ਕੰਮ 'ਤੇ ਜਾਣ ਤੋਂ ਪਹਿਲਾਂ ਆਪਣੇ ਮਦਰ ਦੀਆਂ ਜਾਂ ਕਿਸੇ ਹੋਰ ਬਜ਼ੁਰਗ ਲੇਡੀ ਦੀਆਂ ਬਲੈਸਿੰਗਸ ਲੈ ਕੇ ਫੇਰ ਜਾਣਾ। ਜਮਨਾ ਯਾਨੀ ਮਿਥੁਨ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਰੈਗੂਲਰ ਐਕਸਰਸਾਈਜ਼ ਨਾਲ ਤੁਸੀਂ ਜਿਹੜਾ ਹੈ ਉਹ ਲਾਈਫ ਨੂੰ ਤਾਂ ਡਿਸਿਪਲਿਨ ਰੱਖੋਗੇ ਹੀ ਰੱਖੋਗੇ, ਸਿਹਤ ਦੇ ਪੱਖ 'ਤੇ ਵੀ ਕਾਫੀ ਚੰਗੇ ਬੈਨੀਫਿਟਸ ਤੁਸੀਂ ਇੰਜੋਏ ਕਰ ਸਕਦੇ ਹੋ। ਫਾਈਨੈਂਸਿਸ ਸਹੀ ਮੈਨੇਜ ਕਰਨ ਦੀ ਜ਼ਰੂਰਤ ਹੈ, ਪੈਸੇ ਨੂੰ ਲੈ ਕੇ ਮੁੱਠੀ ਬੰਦ ਕਰਕੇ, ਯਾਨੀ ਕਿ ਥੋੜ੍ਹੀ ਜਿਹੀ ਕੰਜੂਸੀ ਜੇ ਅੱਜ ਅਪਣਾਈ ਜਾਵੇ ਤਾਂ ਫਿਰ ਫਾਇਦਾ ਹੀ ਫਾਇਦਾ ਹੋਣਾ। ਪ੍ਰੋਪਰਟੀਜ਼ ਕਿਸੇ ਪ੍ਰੋਪਰਟੀ ਨੂੰ ਵੇਚਣ ਦਾ ਮਨ ਬਣਾ ਸਕਦੇ ਹੋ, ਕੋਈ ਐਂਸੈਸਟਰਲ ਪ੍ਰੋਪਰਟੀ ਨੂੰ ਲੈ ਕੇ ਵਾਦ ਵਿਵਾਦ ਚੱਲ ਰਿਹਾ ਸੀਗਾ, ਉਹ ਵੀ ਹੁਣ ਤੁਹਾਡੇ ਫੇਵਰ 'ਚ ਸੈਟਲ ਹੋ ਸਕਦਾ। ਆਪਣੇ ਲਾਈਫ ਪਾਰਟਨਰ ਨੂੰ ਜੇ ਤੁਸੀਂ ਸਪੋਰਟ ਕਰੋ ਤਾਂ ਉਹਨਾਂ ਦਾ ਸੈਲਫ ਕੌਨਫੀਡੈਂਸ ਇੰਪਰੂਵ ਹੋਏਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 7, ਲੱਕੀ ਕਲਰ ਰਹੇਗਾ ਪਰਪਲ, ਅਤੇ ਤੁਸੀਂ ਉਪਾਅ ਕੀ ਕਰਨਾ, ਬਿਨਾਂ ਵਰਕ ਵਾਲੀ ਮਿਠਾਈ ਪ੍ਰਭੂ ਦੇ ਚਰਨਾਂ 'ਚ ਜ਼ਰੂਰ ਚੜ੍ਹਾਉਣੀ ਆ। ਕੈਂਸਰ ਯਾਨੀ ਕਰਕ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਫਾਈਨੈਂਸ਼ੀਅਲ ਫਰੰਟ ਦੇ ਉੱਤੇ ਹੁਣ ਸਟੇਬਿਲਿਟੀ ਮਿਲਣ ਦੇ ਸੰਕੇਤ ਨਜ਼ਰ ਆ ਰਹੇ ਨੇ। ਸਿਤਾਰੇ ਜਿਹੜੇ ਹੈ ਉਹ ਤੁਹਾਨੂੰ ਹੈਲਪ ਕਰਨਗੇ। ਕੋਈ ਲੋਨ ਪੇ ਆਫ ਕਰਨਾ ਸੀਗਾ, ਕੋਈ ਪਰਸਨਲ ਤੁਸੀਂ ਕਰਜ਼ਾ ਕਿਸੇ ਕੋਲੋਂ ਲਿੱਤਾ ਹੋਇਆ ਸੀ, ਉਹਨਾਂ ਨੂੰ ਵਾਪਸ ਕਰਨਾ ਸੀ, ਹੁਣ ਤੁਸੀਂ ਸਕਸ਼ਮ ਰਹੋਗੇ, ਚੀਜ਼ਾਂ ਤੁਹਾਡੇ ਵਾਸਤੇ ਮੈਨੇਜ ਹੋ ਜਾਣਗੀਆਂ।
ਕਈ ਲੋਕਾਂ ਵਾਸਤੇ ਵਿਦੇਸ਼ ਜਾਣ ਦਾ ਸੁਪਨਾ ਵੀ ਅੱਜ ਪੂਰਾ ਹੋ ਸਕਦਾ ਹੈ। ਕੋਈ ਪਲੋਟ ਜਾਂ ਕੋਈ ਫਲੈਟ ਖਰੀਦਣ ਦੇ ਚਾਂਸਿਸ ਵੀ ਬ੍ਰਾਈਟ ਨਜ਼ਰ ਆ ਰਹੇ ਨੇ। ਰੀਅਲ ਅਸਟੇਟ ਫਰੰਟ ਦੇ ਉੱਤੇ ਸਿਤਾਰੇ ਤੁਹਾਡਾ ਸਾਥ ਦੇਣਗੇ। ਆਪਣੇ ਪਾਰਟਨਰ ਨਾਲ ਕੋਈ ਰੋਡ ਟ੍ਰਿਪ ਜਾਂ ਕੋਈ ਹੋਲੀਡੇ ਵੀ ਅੱਜ ਪਲਾਨ ਕੀਤਾ ਜਾ ਸਕਦਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 3, ਲੱਕੀ ਕਲਰ ਰਹੇਗਾ ਯੈਲੋ, ਅਤੇ ਤੁਸੀਂ ਉਪਾਅ ਕੀ ਕਰਨਾ ਹੈ। ਆਪਣੇ ਰਾਈਟ ਹੈਂਡ ਵਿੱਚ ਜੇ ਲਾਲ ਰੰਗ ਦਾ ਧਾਗਾ ਜਾਂ ਲਾਲ ਰੰਗ ਦੀ ਮੌਲੀ ਜਾਂ ਖੰਭਣੀ ਤੁਸੀਂ ਬੰਨ ਕੇ ਰੱਖੋ ਤਾਂ ਦਿਨ ਹੋਰ ਵੀ ਵਧੀਆ ਬਣ ਸਕਦਾ ਹੈ। ਲੀਓ ਯਾਨੀ ਸਿੰਘ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਆਪਣੇ ਰੂਟੀਨ ਵਿੱਚ ਐਕਸਰਸਾਈਜ਼ ਜਾਂ ਕੋਈ ਹੋਰ ਫਿਜ਼ੀਕਲ ਐਕਟੀਵਿਟੀ ਸ਼ਾਮਿਲ ਕਰਨਾ ਬਹੁਤ ਜ਼ਰੂਰੀ ਹੈ। ਆਪਣੇ ਆਪ ਨੂੰ ਜਿੰਨਾ ਆਪਣੀ ਫਿਟਨੈਸ ਵੱਲ ਤੁਸੀਂ ਧਿਆਨ ਦਿਓਗੇ, ਓਵਰਆਲ ਲਾਈਫ ਦੇ ਸਾਰੇ ਪੈਰਾਮੀਟਰਸ ਤੁਹਾਡੇ ਇੰਪਰੂਵ ਹੋਣੇ ਸ਼ੁਰੂ ਹੋ ਜਾਣਗੇ। ਵਰਕ ਪਲੇਸ ਦੇ ਉੱਤੇ ਗੱਲ ਕਰੀਏ ਮਾਹੌਲ ਦੀ, ਤਾਂ ਤੁਹਾਡੇ ਵਾਸਤੇ ਫੇਵਰੇਬਲ ਰਹੇਗਾ। ਕੋਈ ਚੈਲੇਂਜਸ ਨਜ਼ਰ ਨਹੀਂ ਆ ਰਹੇ। ਕੋਈ ਧਾਰਮਿਕ ਸਥਲ ਦੀ ਯਾਤਰਾ ਦੇ ਚਾਂਸਿਸ ਵੀ ਕਈ ਲੋਕਾਂ ਵਾਸਤੇ ਬਣਦੇ ਹੋਏ ਨਜ਼ਰ ਆ ਰਹੇ ਨੇ। ਪੜ੍ਹਾਈ 'ਚ ਤੁਸੀਂ ਜਿੰਨੀ ਮਿਹਨਤ ਕੀਤੀ ਹੈ ਉਹ ਰੰਗ ਲਾਏਗੀ, ਚੰਗੇ ਰਿਜ਼ਲਟ, ਚੰਗੇ ਸਕੋਰ ਤੁਸੀਂ ਉਮੀਦ ਕਰ ਸਕਦੇ ਹੋ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 11, ਲੱਕੀ ਕਲਰ ਰਹੇਗਾ ਲਾਈਟ ਪਿੰਕ, ਅਤੇ ਤੁਸੀਂ ਉਪਾਅ ਕੀ ਕਰਨਾ। ਪਕਸ਼ੀਆਂ ਨੂੰ, ਬਰਡਸ ਨੂੰ ਕੱਚੇ ਦੁੱਧ 'ਚ ਜੇ ਜਵਾਰ ਭਿਉਂ ਕੇ ਖਵਾਈ ਜਾਵੇ ਤਾਂ ਦਿਨ ਹੋਰ ਵੀ ਵਧੀਆ ਬਣ ਸਕਦਾ ਹੈ। ਵਰਗੋ ਯਾਨੀ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਜੇ ਤੁਸੀਂ ਫਾਈਨੈਂਸ਼ੀਅਲ ਸਟੈਬਿਲਿਟੀ ਚਾਹੁੰਦੇ ਹੋ ਤਾਂ ਥੋੜ੍ਹਾ ਜਿਹਾ ਸੈਲਫ ਕੰਟਰੋਲ ਹੁਣ ਕਰਨਾ ਜ਼ਰੂਰੀ ਹੋਏਗਾ। ਅੱਜ ਜਿਹੜਾ ਹੈ ਆਫਿਸ ਫਰੰਟ ਦੇ ਉੱਤੇ ਤੁਹਾਨੂੰ ਇੰਪੋਰਟੈਂਸ ਮਿਲੇਗੀ, ਅਹਿਮੀਅਤ ਮਿਲੇਗੀ। ਪ੍ਰੋਪਰਟੀ ਵਿੱਚ ਵੀ ਇਜਾਫਾ ਹੋਣ ਦੇ ਚਾਂਸਿਸ ਹੈ। ਕੋਈ ਚੀਜ਼ ਤੁਸੀਂ ਵੇਚਣਾ ਚਾਹ ਰਹੇ ਸੀ, ਥੋੜ੍ਹਾ ਜਿਹਾ ਹੋਰ ਇੰਤਜ਼ਾਰ ਕਰੋ, ਵਧੀਆ ਪ੍ਰਾਈਸਿਸ 'ਤੇ ਹੁਣ ਉਹ ਵਿਕ ਸਕਦੀ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 22, ਲੱਕੀ ਕਲਰ ਰਹੇਗਾ ਬੇਜ, ਲਾਈਟ ਬਰਾਊਨ ਕਲਰ ਦਾ ਇਸਤੇਮਾਲ ਵੀ ਤੁਸੀਂ ਕਰ ਸਕਦੇ ਹੋ। ਅਤੇ ਅੱਜ ਉਪਾਅ ਕੀ ਕਰਨਾ, ਸ਼੍ਰੀ ਬਜਰੰਗ ਬਾਣ ਦਾ ਪਾਠ ਕਰਨਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਲਿਬਰਾ ਯਾਨੀ ਤੁਲਾ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਸਿਹਤ ਵਾਸਤੇ ਫੇਵਰੇਬਲ ਸਮਾਂ ਨਜ਼ਰ ਆ ਰਿਹਾ। ਸਿਹਤ ਨੂੰ ਲੈ ਕੇ ਟੈਨਸ਼ਨ ਨਹੀਂ ਹੋਣੀ ਚਾਹੀਦੀ। ਕਿਸੇ ਐਕਸਪਰਟ ਤੋਂ ਸਲਾਹ ਲੈਣ ਤੋਂ ਬਾਅਦ ਹੀ ਤੁਹਾਨੂੰ ਫਾਈਨੈਂਸ਼ੀਅਲ ਇਨਵੈਸਟਮੈਂਟ ਅੱਜ ਕਰਨੀਆਂ ਚਾਹੀਦੀਆਂ ਨੇ। ਕੰਮ ਦੇ ਸਿਲਸਿਲੇ 'ਚ ਕਈ ਲੋਕਾਂ ਨੂੰ ਅਚਾਨਕ ਟਰੈਵਲ ਕਰਨਾ ਪੈ ਸਕਦਾ ਹੈ, ਅਤੇ ਸਟੂਡੈਂਟਸ ਵਾਸਤੇ ਹੁਣ ਅਕੈਡਮਿਕ ਫਰੰਟ ਦੇ ਉੱਤੇ ਨਵੇਂ ਆਪਸ਼ਨਸ ਤੁਹਾਡੇ ਸਾਹਮਣੇ ਆਉਣਗੇ। ਕੋਈ ਸਕਿੱਲ ਜਾਂ ਕੋਈ ਕੋਰਸ ਤੁਸੀਂ ਕਰਨਾ ਚਾਹੁੰਦੇ ਸੀ ਉਹਦੇ ਵਾਸਤੇ ਵੀ ਤੁਹਾਨੂੰ ਥੋੜ੍ਹੀ ਜਿਹੀ ਰਿਸਰਚ ਕਰਨੀ ਚਾਹੀਦੀ ਹੈ, ਬੈਸਟ ਆਪਸ਼ਨ ਤੁਹਾਨੂੰ ਮਿਲ ਸਕਦੀ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 2, ਲੱਕੀ ਕਲਰ ਰਹੇਗਾ ਪੀਚ, ਅਤੇ ਤੁਸੀਂ ਉਪਾਅ ਕੀ ਕਰਨਾ। 2 ਸਾਬਤ ਬਦਾਮ ਲੈਣੇ ਨੇ ਆਲਮੰਡਸ ਵਿਦ ਸ਼ੈਲ, ਅਤੇ ਤੁਸੀਂ ਕਿਸੇ ਵੀ ਧਰਮ ਸਥਲ 'ਤੇ ਜਾ ਕੇ ਚੜ੍ਹਾਏ ਆਉਣੇ ਨੇ। ਇੱਕ ਉੱਥੇ ਹੀ ਛੱਡ ਦੇਣਾ, ਇੱਕ ਸਾਰਾ ਦਿਨ ਤੁਸੀਂ ਆਪਣੇ ਕੋਲੇ ਰੱਖਣਾ, ਪਰਸ ਵੀ ਰੱਖ ਸਕਦੇ ਹੋ, ਪੋਕਿਟਸ ਵੀ ਰੱਖ ਸਕਦੇ ਹੋ। ਸਕੋਰਪੀਓ ਯਾਨੀ ਵ੍ਰਿਸ਼ਚਿਕ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਆਪਣੇ ਰੂਟੀਨ ਵਿੱਚ ਐਕਸਰਸਾਈਜ਼ਿੰਗ ਨੂੰ ਸ਼ਾਮਿਲ ਕਰਨਾ ਜ਼ਰੂਰੀ ਹੋਏਗਾ। ਓਵਰਆਲ ਫਾਈਨੈਂਸ਼ੀਅਲ ਮਾਮਲੇ 'ਚ ਦਿਨ ਜਿਹੜਾ ਹੈ ਤੁਹਾਡੇ ਵਾਸਤੇ ਫੇਵਰੇਬਲ ਹੈ। ਕੰਮ ਤੋਂ ਜੇ ਬ੍ਰੇਕ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਪਹਿਲਾਂ ਕੰਮ ਦੇ ਪੈਂਡਿੰਗ ਕੰਮ ਜਿਹੜੇ ਹੈ ਉਹ ਕੰਪਲੀਟ ਕਰ ਲੈਣੇ ਚਾਹੀਦੇ ਨੇ, ਨਹੀਂ ਤਾਂ ਬੌਸ ਹੋ ਸਕਦਾ ਨਾਰਾਜ਼ ਹੋ ਸਕਦਾ। ਅੱਜ ਓਵਰਆਲ ਜਿਹੜੇ ਲੋਕ ਨੌਕਰੀ ਚੇਂਜ ਕਰਨਾ ਚਾਹ ਰਹੇ ਸੀ, ਕੋਈ ਨਾ ਕੋਈ ਡਿਪਾਰਟਮੈਂਟ ਚੇਂਜ ਕਰਨਾ ਚਾਹ ਰਹੇ ਸੀ, ਤੁਹਾਡੇ ਸਾਹਮਣੇ ਬਿਹਤਰੀਨ ਆਪਸ਼ਨਸ ਆ ਸਕਦੇ ਨੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 5, ਲੱਕੀ ਕਲਰ ਰਹੇਗਾ ਔਰੇਂਜ, ਅਤੇ ਤੁਸੀਂ ਉਪਾਅ ਕੀ ਕਰਨਾ। ਕੁਛ ਘਰਦੇ ਵੱਡੇ ਬਜ਼ੁਰਗਾਂ ਤੋਂ ਕੁਛ ਸਿੱਕੇ ਲੈਣੇ ਨੇ, ਲਾਲ ਕੱਪੜੇ 'ਚ ਉਹਨੂੰ ਬੰਨ੍ਹ ਦੇਣੇ ਆ, ਅਤੇ ਘਰ ਦੇ ਰਾਸ਼ਨ ਵਾਲੇ ਡੱਬੇ 'ਚ ਤੁਸੀਂ ਲਕੋ ਦੇਣਾ। ਸੈਜੀਟੇਰੀਅਸ ਯਾਨੀ ਧਨੂ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ, ਜਿਹੜੇ ਲੋਕ ਜੋਬ ਚੇਂਜ ਕਰਨਾ ਚਾਹ ਰਹੇ ਸੀ, ਆਪਣਾ CV ਤਿਆਰ ਰੱਖਣਾ, ਰਿਜ਼ਿਊਮੇ ਤਿਆਰ ਰੱਖਣਾ, ਅਚਾਨਕ ਕੋਈ ਸ਼ਖਸ ਤੁਹਾਡੇ ਕੋਲੋਂ ਮੰਗ ਸਕਦਾ ਹੈ। ਜਿਹੜੇ ਬੱਚਿਆਂ ਨੇ ਹੁਣੇ ਹੁਣੇ ਕਾਲਜ ਪਾਸ ਆਊਟ ਕੀਤਾ ਹੈ, ਕਿਤੇ ਇੰਟਰਨਸ਼ਿਪ ਵਾਸਤੇ ਅਪਲਾਈ ਕਰ ਰਹੇ ਸੀ, ਤੁਹਾਡੇ ਵਾਸਤੇ ਵੀ ਸਮਾਂ ਚੰਗਾ ਨਜ਼ਰ ਆ ਰਿਹਾ। ਅਕੈਡਮਿਕ ਫਰੰਟ ਦੇ ਉੱਤੇ ਸਟੂਡੈਂਟਸ ਨੂੰ ਸਹੀ ਗਾਈਡੈਂਸ ਮਿਲੇਗੀ, ਕਿਸੇ ਨਾ ਕਿਸੇ ਦੀ ਟੈਕਨੀਕਸ ਜਿਹੜੀਆਂ ਸਿਖਾਈਆਂ ਹੋਈਆਂ ਤੁਹਾਡੇ ਵਾਸਤੇ ਮਜ਼ੇਦਾਰ ਰਿਜ਼ਲਟਸ ਲੈ ਕੇ ਆਉਣਗੀਆਂ। ਅੱਜ ਨਿਊਲੀ ਮੈਰਿਡ ਕਪਲਸ ਵਾਸਤੇ ਵੀ ਸਮਾਂ ਜਿਹੜਾ ਹੈ ਇੰਟਰਸਟਿੰਗ ਨਜ਼ਰ ਆ ਰਿਹਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 8, ਲੱਕੀ ਕਲਰ ਰਹੇਗਾ ਲਾਈਟ ਬਲੂ, ਅਤੇ ਤੁਸੀਂ ਉਪਾਅ ਕੀ ਕਰਨਾ। ਸੂਰਿਆ ਨੂੰ ਜਲ ਜ਼ਰੂਰ ਦੇਣਾ।
ਕੈਪਰੀਕੋਨ ਯਾਨੀ ਮਕਰ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਵਰਕ ਪਲੇਸ ਦੇ ਉੱਤੇ ਤੁਹਾਡੇ ਕੰਮ ਦੀ ਤਾਰੀਫ ਹੋ ਸਕਦੀ ਹੈ, ਇਸੇ ਕਾਰਨ ਤੁਹਾਨੂੰ ਕੋਨਫੀਡੈਂਸ ਤੁਹਾਡਾ ਹੋਰ ਵਧੇਗਾ। ਨਵੇਂ ਘਰ 'ਚ ਸ਼ਿਫਟ ਹੋਣ ਦਾ ਸਪਨਾ ਜਿਹੜਾ ਲੋਕਾਂ ਦਾ ਹੈਗਾ ਅਤੇ ਹੋਮਵਰਕ ਕਰਨਾ, ਹਾਲੇ ਸ਼ੁਭ ਦਿਨਾਂ 'ਚ ਆਪਾਂ ਜਿਹੜਾ ਹੈ ਸ਼ਿਫਟ ਕਰਾਂਗੇ। ਓਵਰਆਲ ਜਿਹੜੇ ਲੋਕ ਸਪੋਰਟਸ ਨਾਲ ਜੁੜੇ ਹੋਏ ਨੇ ਅਤੇ ਤੁਹਾਡਾ ਪਰਫੋਰਮੈਂਸ ਇੰਪਰੂਵ ਹੋਏਗਾ। ਸਿੰਗਲਸ ਦੀ ਵੀ ਵਿਆਹ ਦੀ ਗੱਲਬਾਤ ਹੁਣ ਕਿਤੇ ਅੱਗੇ ਵੱਧ ਸਕਦੀ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 5, ਲੱਕੀ ਕਲਰ ਰਹੇਗਾ ਵਾਈਟ, ਅਤੇ ਤੁਸੀਂ ਉਪਾਏ ਕੀ ਕਰਨਾ, ਸ਼ਹਿਦ ਦੀਆਂ ਕੁਛ ਬੂੰਦਾਂ ਮੂੰਹ 'ਚ ਪਾ ਕੇ ਪਾਣੀ ਪੀ ਲੈਣਾ। ਐਕੁਏਰੀਅਸ ਯਾਨੀ ਕੁੰਭ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਹੈਲਥ ਸੰਬੰਧਿਤ ਕੋਈ ਟੈਨਸ਼ਨ ਚੱਲ ਰਹੀ ਸੀ ਅਤੇ ਹੁਣ ਤੁਹਾਡੀ ਸਾਰੀ ਚਿੰਤਾ ਜਿਹੜੀ ਹੈ ਉਹ ਦੂਰ ਹੋਏਗੀ। ਵਕੇਸ਼ਨ 'ਤੇ ਜੇ ਹਾਲੇ ਤਾਈਂ ਜਾਣ ਦਾ ਪਲਾਨ ਨਹੀਂ ਕੀਤਾ ਤਾਂ ਕਰ ਲੈਣਾ ਚਾਹੀਦਾ। ਇਹ ਛੋਟਾ ਜਿਹਾ ਬ੍ਰੇਕ ਜਿਹੜਾ ਹੈ ਉਹ ਤੁਹਾਨੂੰ ਰਿਫਰੈਸ਼ ਅਤੇ ਰਿਜੂਵਨੇਟ ਕਰੇਗਾ। ਪ੍ਰੋਪਰਟੀ ਦੇ ਮਾਮਲੇ 'ਚ ਦਿਨ ਤੁਹਾਡੇ ਵਾਸਤੇ ਲੱਕੀ ਰਹੇਗਾ। ਕੋਈ ਖਾਲੀ ਪਈ ਪ੍ਰੋਪਰਟੀ ਨੂੰ ਰੈਂਟ 'ਤੇ ਚੜ੍ਹਾਉਣਾ ਚਾਹੁੰਦੇ ਸੀ ਤਾਂ ਵਧੀਆ ਕਿਰਾਏਦਾਰ ਮਿਲ ਸਕਦੇ ਨੇ, ਪਰ ਹਾਂ ਕੋਈ ਵੀ ਗੱਲਬਾਤ ਕਰਨੀ ਹੈ ਤਾਂ ਪੂਰੀ ਲਿਖਾ ਪੜ੍ਹਤ ਨਾਲ ਅੱਗੇ ਵਧਣਾ। ਅੱਜ ਕੋਸ਼ਿਸ਼ ਕਰਨੀ ਹੈ ਕਿ ਲਾਈਫ ਪਾਰਟਨਰ ਨਾਲ ਕੋਈ ਪ੍ਰੋਮਿਸ ਕੀਤਾ ਹੈ ਅਤੇ ਉਹਨੂੰ ਜ਼ਰੂਰ ਪੂਰਾ ਕਰਨਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 7, ਲੱਕੀ ਕਲਰ ਰਹੇਗਾ ਗ੍ਰੀਨ, ਅਤੇ ਤੁਸੀਂ ਉਪਾਏ ਕੀ ਕਰਨਾ, ਮੁਮਕਿਨ ਹੋਵੇ ਤਾਂ ਕਿਸੇ ਵੀ ਧਰਮਸਥਲ 'ਤੇ ਜਾ ਕੇ ਸ਼ਾਇਦ ਜ਼ਰੂਰ ਚੜ੍ਹਾ ਕੇ ਆਉਣਾ। ਹੁਣ ਗੱਲ ਕਰਾਂਗੇ ਆਖਰੀ ਰਾਸ਼ੀ ਪਾਈਸਿਸ ਯਾਨੀ ਮੀਨ ਦੀ। ਕਮਾਈ ਲੋਕ ਜਿਹੜੀ ਹੈ ਹੁਣ ਵਧਣ ਦੇ ਸੰਕੇਤ ਮਿਲਦੇ ਹੋਏ ਨਜ਼ਰ ਆ ਰਹੇ ਨੇ। ਇਹੀ ਇੰਕਰੀਮੈਂਟ ਦੇ ਕਾਰਨ ਤੁਸੀਂ ਕੋਈ ਸਪਨੇ ਕਈ ਚੀਜ਼ ਕਿਸੇ ਚੀਜ਼ ਨੂੰ ਲੈ ਕੇ ਤੁਸੀਂ ਪਲਾਨ ਕਰ ਰਹੇ ਸੀਗੇ ਅਤੇ ਹੁਣ ਤੁਸੀਂ ਲੈ ਸਕਦੇ ਹੋ। ਵਰਕ ਪਲੇਸ ਦੇ ਉੱਤੇ, ਕਰੀਅਰ ਦੇ ਉੱਤੇ ਹੁਣ ਗਰੋਥ ਵਾਲੇ ਚਾਂਸਸ ਨਜ਼ਰ ਆ ਰਹੇ ਨੇ। ਰੀਅਲ ਅਸਟੇਟ ਸੈਕਟਰ ਤੋਂ ਵੀ ਜਿਹੜੇ ਲੋਕ ਜੁੜੇ ਹੋਏ ਨੇ, ਅੱਜ ਆਮਦਨੀ ਤੁਹਾਡੀ ਵੀ ਇੰਕਰੀਜ਼ ਹੋਏਗੀ। ਜਿਹੜੇ ਲੋਕ ਕਮਿਸ਼ਨਿੰਗ ਦੀ ਜਾਂ ਏਜੰਟਸ ਦਾ ਕੰਮ ਕਰਦੇ ਨੇ ਤੁਹਾਡੇ ਵਾਸਤੇ ਵੀ ਅੱਜ ਦਾ ਦਿਨ ਕਾਫੀ ਫਰੂਟਫੁੱਲ ਰਹੇਗਾ। ਅਕੈਡਮਿਕ ਫਰੰਟ ਦੇ ਉੱਤੇ ਸਟੂਡੈਂਟਸ ਨੂੰ ਆਪਣੇ ਫੋਕਸ ਨੂੰ ਇਨਹਾਂਸ ਕਰਨ ਦੀ ਜ਼ਰੂਰਤ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 9, ਲੱਕੀ ਕਲਰ ਰਹੇਗਾ ਬਰਾਊਨ, ਅਤੇ ਤੁਸੀਂ ਉਪਾਏ ਕੀ ਕਰਨਾ, ਕਾਲੀ ਉੜਦ ਦੀ ਦਾਲ ਆਪਣੀ ਕਸ਼ਮਤਾ ਅਨੁਸਾਰ ਆਪਣੇ ਸਮਰਥ ਅਨੁਸਾਰ ਕਿਸੇ ਵੀ ਧਰਮਸਥਲ 'ਤੇ ਜਾ ਕੇ ਦਿਆ ਨਹੀਂ। ਹੁਣ ਸਮਾਂ ਹੋ ਚੱਲਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ, ਪਰ ਇਸ ਵਾਅਦੇ ਨਾਲ ਕਿ ਕੱਲ੍ਹ ਫਿਰ ਮੁਲਾਕਾਤ ਹੋਏਗੀ। ਫਿਰ ਗੱਲ ਕਰਾਂਗੇ ਆਪਾਂ ਦਿਨ ਦੇ ਰਾਸ਼ੀਫਲ ਅਤੇ ਪੰਚਾਂਗ ਦੀ। ਉਦੋਂ ਤਾਈਂ ਮੈਨੂੰ ਯਾਨੀ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ ਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ।